ਇਧਰਲਾ ਟਾਇਰ ਟੁੱਟ ਗਿਆ ਤੇ ਇਧਰ ਮੈਂ ਇੱਕ ਗੁਟਕਾ ਲਾਇਆ ਹੋਇਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਲੋ ਜੀ ਸਵਾਗਤ ਹੈ ਅੱਜ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ। ਤੇ ਅੱਜ ਵਲੌਗ ਮੈਂ ਸਟਾਰਟ ਕਰ ਰਿਹਾ ਥੋੜ੍ਹਾ ਜਿਹਾ ਜਲਦੀ, ਟਾਈਮ ਮੌਕੇ 'ਤੇ 7 ਤੋਂ ਲੈ ਕੇ 7:30 ਦੇ ਵਿੱਚ ਦਾ 7:13 ਹੋਏ ਨੇ, ਦੇਖ ਲਓ। ਅਤੇ ਕੱਲ੍ਹ ਵਾਲਾ ਵਲੌਗ ਐਡਿਟ ਕਰਕੇ ਅਤੇ ਇੱਥੇ ਅਪਲੋਡ ਕਰਨਾ ਲਾਇਆ ਹੋਇਆ। ਰਾਤ ਮੈਂ ਥੋੜ੍ਹਾ ਜਿਹਾ ਛੇਤੀ ਸੌਂ ਗਿਆ ਸੀ, ਰਾਤ ਵਲੌਗ ਨਹੀਂ ਐਡਿਟ ਹੋਇਆ, ਫਿਰ ਮੈਂ ਸਵੇਰੇ ਟਾਈਮ ਨਾਲ ਉੱਠ ਗਿਆ ਅਤੇ ਸਵੇਰੇ ਵਲੌਗ ਕਰ ਲਿਆ ਐਡਿਟ। ਅਤੇ ਇੱਥੇ ਦੇਖ ਲਓ ਜੋਨੀਅਰ ਦੇ ਟਾਇਰ ਵੀ ਨਹੀਂ ਅਸੈਂਬਲ ਹੋਏ, ਕਿਉਂਕਿ ਰਾਤ ਨੀਂਦ ਆਉਂਦੀ ਸੀ, ਮੈਂ ਸਾਰਾ ਕੰਮ ਇਹ 'ਚ ਛੱਡਤਾ। ਮੈਂ ਕਿਹਾ ਚੱਲ ਕੋਈ ਨਹੀਂ ਸਵੇਰੇ ਕਰਾਂਗੇ, ਰਾਤ ਕਿਹੜਾ ਸ਼ੂਟਿੰਗ ਕਰਨੀ ਹੈ। ਅਤੇ ਬਸ ਹੁਣ ਆਪਣੀ ਮੌਕੇ 'ਤੇ ਤਿਆਰੀ ਇੱਕ ਵਾਰੀ ਬਾਹਰ ਸ਼ੂਟ ਕਰਨ ਦੀ ਆਪਣੇ ਨਾਟ 11 ਨਾਲ, ਠੀਕ ਹੈ। ਮੈਂ ਸੋਚਣ ਦਿਆਂ ਕਿ ਨਾਟ 11 ਦਾ ਜ਼ੋਰ ਦੇਖ ਹੀ ਲਈਏ ਆਪਾਂ ਆਪਣੇ ਆਹ ਟਰਾਲੇ 'ਤੇ, ਵੱਡੇ 'ਤੇ, ਠੀਕ ਹੈ। ਉਹਦੇ ਵਾਸਤੇ ਆਪਾਂ ਨੂੰ ਲਗਭਗ 3 ਜਾਂ 4 ਟਰੈਕਟਰ ਤਿਆਰ ਕਰਨੇ ਪੈਣੇ ਨੇ, ਇਕੱਲੇ ਤੋਂ ਖਿੱਚਿਆ ਨਹੀਂ ਜਾਣਾ। ਬਾਕੀ ਦੇਖਾਂਗੇ, ਵੈਸੇ ਤਾਂ ਸਵਰਾਜ ਹੈਗਾ ਏ ਸਪੋਰਟ ਵਾਸਤੇ, ਮੇਰੇ ਹਿਸਾਬ ਨਾਲ ਤਾਂ ਸਵਰਾਜ ਬਹੁਤ ਹੈ। ਅਤੇ ਬਾਕੀ ਚਲੋ ਦੇਖਾਂਗੇ ਕੀ ਬਣਦਾ, ਕਰਦੇ ਹਾਂ ਕੰਮ ਸ਼ੁਰੂ। ਅਤੇ ਪਹਿਲਾਂ ਤਾਂ ਨਾਟ 11 'ਚ ਪਾਉਂਦੇ ਹਾਂ ਬੈਂਟਰੀ, ਹੋਲੈਂਡ ਦੀ ਬੈਂਟਰੀ ਹੈਗੀ ਆ, ਹੋਲੈਂਡ ਚੁੱਕ ਕੇ ਆ, ਸਵਰਾਜ 'ਚ ਵੀ ਬੈਂਟਰੀ ਪਈ ਹੈ ਕੱਲ੍ਹ ਵਾਲੀ ਵੀ, ਬਾਕੀ ਸਭ ਓਕੇ ਦੀ ਰਿਪੋਰਟ ਹੈ, ਬਸ ਕਰਦੇ ਹਾਂ ਕੰਮ ਸ਼ੁਰੂ। ਬਾਹਰ ਮੌਸਮ ਵੀ ਵੈਸੇ ਤਾਂ ਠੀਕ ਠਾਕ ਜਾਈਏ, ਹਜੇ ਥੋੜ੍ਹਾ ਜਿਹਾ ਰੁਕ ਹੀ ਜਾਂਦੇ ਤਾਂ ਫਾਇਦਾ ਸੀ, ਸੂਰਜ ਹਜੇ ਪੂਰਾ ਆਇਆ ਨਹੀਂ, 10-15 ਮਿੰਟ ਰੁਕਣ 'ਚ ਫਾਇਦਾ ਹੈ। ਥਾਂ ਪ੍ਰੋਪਰ ਗਿੱਲਾ ਹੀ ਹੈ ਕੱਲ੍ਹ ਜਿੰਨਾ ਹੀ, ਕਿਉਂਕਿ ਰਾਤ ਹੁਣ ਸੁੱਕਣਾ ਤਾਂ ਨਹੀਂ, ਰਾਤ ਕਿਹੜਾ ਧੁੱਪ ਪਈ ਹੈ, ਦੇਖਦੇ ਹਾਂ। ਚਲੋ ਮੇਰਾ ਪਲੈਨ ਹੈ ਕਿ ਅੱਜ ਕਿ ਨਾ ਟਰਾਲਾ ਆਪਾਂ ਜਾਂ ਤਾਂ ਇੱਥੇ ਲਾਉਂਦੇ ਹਾਂ ਇਸ ਜਗ੍ਹਾ 'ਤੇ, ਜਾਂ ਇਹਨੂੰ ਥੋੜ੍ਹਾ ਜਿਹਾ ਹੋਰ ਪੱਧਰਾ ਕਰਦੇ ਹਾਂ। ਚਲੋ ਇਹਨੂੰ ਥੋੜ੍ਹਾ ਪੱਧਰਾ ਹੀ ਕਰ ਲੈਂਦੇ ਹਾਂ ਜਗ੍ਹਾ ਨੂੰ, ਨਾ ਜ਼ਿਆਦਾ ਡਾਫ ਨਾ ਲੱਗੇ ਟਾਇਰਾਂ ਦੇ ਅੱਗੇ। ਬਾਕੀ ਜਿਵੇਂ ਓਕੇ ਦੀ ਰਿਪੋਰਟ ਆ, ਬਾਕੀ ਮੈਂ ਪਾਣੀ ਪੂਣੀ ਪਾ ਕੇ ਸੈੱਟ ਕੀਤਾ ਹੋਇਆ ਕੰਮ, ਕਿ ਟਰਾਲਾ ਨਾ ਹੀ ਫਸੇ, ਫਸਿਆ ਤਾਂ ਇੱਥੇ ਜਾ ਕੇ ਫਸੂਗਾ। ਇੱਕ ਹੋਰ ਸਭ ਨੂੰ ਵੱਡੀ ਪ੍ਰੋਬਲਮ ਹੈ ਕਿ ਆਪਣੇ ਟਰਾਲੇ 'ਚ ਜੈੱਕ ਹੈ ਨੀਗਾ, ਉਹਦਾ ਕੀ ਹੱਲ ਸੋਚਿਆ ਉਹ ਤੁਹਾਨੂੰ ਵਿਖਾਵਾਂਗਾ ਜੀ, ਸਿੱਧਾ ਮੈਂ ਦੱਸਦਾ ਨਹੀਂ, ਠੀਕ ਹੈ। ਜਦੋਂ ਸ਼ੂਟਿੰਗ ਕਰਾਂਗੇ ਨਾ ਉਦੋਂ ਵਿਖਾਵਾਂਗਾ ਤੁਹਾਨੂੰ। ਠੰਡ ਵੀ ਬਹੁਤ ਜੇ ਹੋਣਾ, ਹਵਾ ਨਹੀਂ ਵਗਣ ਦੀ ਅੱਜ, ਉਂਝ ਮੌਸਮ ਹੀ ਠੰਡਾ ਅੱਜ ਪੂਰਾ। ਆਹ ਦੇਖ ਲਓ ਟਾਈਮ ਨਾ ਕੇ ਬਹਿ ਗਈ ਮਾਣੋ, ਉਹ ਮਾਣੋ ਅੱਛਾ ਮਗਰੇ ਵੀ ਆ ਗਈ ਹੈ, ਕਿ ਇਹਦੀ ਪੱਕੀ ਡਿਊਟੀ ਹੋ ਗਈ, ਹੁਣ ਸਿੱਖ ਗਈ ਉੱਤੇ ਆਉਣਾ। ਅੱਗੇ ਨਾ ਉਹਨੂੰ ਨਿੱਕੀ ਨੂੰ ਪਤਾ ਨਹੀਂ ਸੀ ਉੱਤੇ ਕਿਵੇਂ ਆਈਦਾ, ਰਾਹ ਕਿਹੜਾ, ਹੁਣ ਇਹਦੇ ਮਗਰ ਮਗਰ ਆ ਜਾਂਦੀ ਹੈ। ਲਓ ਵੀ ਮੁੰਡੇ ਉਹ ਹੋ ਗਈ ਤਿਆਰੀ ਪੂਰੀ ਸ਼ੂਟਿੰਗ ਦੀ, ਨਾਟ 11 ਓਕੇ ਆ, ਟਰਾਲਾ ਫਿੱਟ ਹੈ, ਸਵਰਾਜ ਆ ਗਿਆ ਹੈਲਪ ਵਾਸਤੇ, ਨਿਊ ਹੋਲੈਂਡ ਲੋਡਰ ਲਾ ਕੇ ਰੇਡੀ ਹੈ। ਨਿਊ ਹੋਲੈਂਡ ਦਾ ਤਾਂ ਆਹ ਸੀਜ਼ਨ ਲੋਡਰ 'ਤੇ ਟੱਪ ਚੱਲਾ ਮੈਨੂੰ ਲੱਗਦਾ, ਇਹਦੇ ਮਗਰ ਪਤਾ ਨਹੀਂ ਟਰਾਲੀ ਪੈਣੀ ਵੀ ਹੈ ਕਿ ਨਹੀਂ। ਚਲੋ ਦੇਖਾਂਗੇ ਲਾਸਟ ਜਿਹੇ 'ਚ ਨਾ ਇਹਦੇ ਵਾਲੀ ਨੀਲੀ ਟਰਾਲੀ ਇਹਦੇ ਪਿੱਛੇ ਪਾ ਕੇ ਇੱਕ ਸ਼ੂਟ ਕਰ ਲਾਂਗੇ ਵੀਡੀਓ, ਆਪਾਂ ਨਾਰਾਜ਼ ਨਹੀਂ ਹੋਣ ਦਿੰਦੇ ਹੋਲੈਂਡ ਵੀ, ਠੀਕ ਹੈ। ਅਤੇ ਮਿੱਟੀ ਦਾ ਸਾਰਾ ਏਰੀਆ ਰਹਿ ਗਿਆ, ਇੱਥੇ ਉਹ ਵੱਡੇ 2 ਟਰਾਲੇ ਪੈ ਜਾਣ ਮਿੱਟੀ 'ਚ, ਮੇਰੇ ਹਿਸਾਬ ਨਾਲ ਬਹੁਤ ਹੈ, ਇੰਨੇ ਨਾਲ ਸਰ ਜੂਗਾ ਆਪਣਾ। ਅਤੇ ਚਲੋ ਦੇਖਦੇ ਹਾਂ, ਅੱਜ ਕੋਸ਼ਿਸ਼ ਕਰਾਂਗਾ ਕਿ ਅੱਜ ਇਹਦਾ ਕੰਮ ਨਿਬੇੜ ਕੇ ਅਤੇ ਅੱਗੇ ਪਹਿਲੀ 'ਤੇ ਕੰਮ ਸ਼ੁਰੂ ਕਰ ਦਈਏ। ਪਲੋ ਮਾਰ ਕੇ ਮਿੱਟੀ ਪੱਟਾਂਗੇ, ਫਿਰ ਬਰੀਕ ਕਰਾਂਗੇ, ਸੁਹਾਗਾ ਮਾਰਾਂਗੇ, ਤਵੀਆਂ, ਸਭ ਕੁਛ ਹੋਊਗਾ ਇੱਥੇ। ਫਿਲਹਾਲ ਹੁਣ ਸ਼ੂਟਿੰਗ ਸ਼ੁਰੂ ਕਰੀਏ, ਆਪਾਂ ਕਰੀਏ ਗਿੰਬਲ ਸੈੱਟ, ਸੂਰਜ ਵੀ ਬਸ ਆਉਣ ਹੀ ਵਾਲਾ, 1.5 ਘੰਟੇ ਦਾ ਹੀ ਟਾਈਮ ਹੈ, 1.5 ਘੰਟਾ ਨਹੀਂ ਤਾਂ ਅੱਜ ਥੋੜ੍ਹਾ ਛੇਤੀ ਆ ਗਿਆ, ਘੰਟਾ ਮੰਨ ਲਓ, 1 ਘੰਟੇ ਦੇ ਵਿੱਚ ਡਨ ਕਰਨਾ ਹੈ ਕੰਮ, ਜੇ ਟਰਾਲਾ ਫਸ ਗਿਆ ਫਿਰ ਦਿੱਕਤ ਆ ਸਕਦੀ ਹੈ। ਚਲੋ ਕੋਈ ਨਹੀਂ, ਦੇਖਦੇ ਹਾਂ ਕੀ ਬਣਦਾ। ਲਓ ਵੀ ਮੁੰਡਿਓ ਸੀਨ ਇੱਦਾਂ ਹੈ ਕਿ ਆਹ ਦੇਖੋ ਨਾਟ 11 ਲੈ ਆਇਆ ਟਰਾਲਾ, ਇੱਥੇ ਕਿੱਦਾਂ ਲੈ ਕੇ ਆਇਆ ਇਹ ਨਾ ਪੁੱਛਿਓ, ਬਸ ਤੁਸੀਂ ਵੇਖ ਲਿਓ ਵੀਡੀਓ 'ਚ, ਠੀਕ ਹੈ, ਕਿ ਟਰਾਲਾ ਇੱਥੋਂ ਤੱਕ ਕਿੱਦਾਂ ਪਹੁੰਚਿਆ, ਅੱਧਾ ਜੋ ਰਹਿੰਦਾ ਲੱਗਾ, ਅੱਧਾ 855 ਦਾ ਲੱਗਾ। ਬਾਕੀ ਇੱਕ ਗੱਲ ਦੀ ਗਰੰਟੀ ਦੇਣਾ,
ਜੇ ਆਹ ਟਰੈਕਟਰ ਦੀ ਜਗ੍ਹਾ ਕੋਈ ਹੋਰ ਟਰੈਕਟਰ ਹੁੰਦਾ ਆਪਣੇ ਕਲੈਕਸ਼ਨ ਦਾ, ਵੱਡੇ ਦੋ ਟਰੈਕਟਰਾਂ ਨੂੰ ਛੱਡ ਕੇ, ਠੀਕ ਹੈ, ਅਤੇ ਆਹ ਟਰਾਲਾ ਇੱਥੋਂ ਤੱਕ ਨਹੀਂ ਸੀ ਆਉਂਦਾ, ਕੁਛ ਨਾ ਕੁਛ ਟੁੱਟਣਾ ਹੀ ਜ਼ਰੂਰ ਟੁੱਟਿਆ, ਇਹਦਾ ਵੀ ਹੈਗਾ ਕੁਛ ਨਾ ਕੁਛ। ਆਹ ਦੇਖੋ ਇਹਦਾ ਟਾਇਰ ਟੁੱਟ ਗਿਆ ਫਰੰਟ ਵਾਲਾ, ਪਰ ਮੈਂ ਫਰੰਟ ਦੀ ਗੱਲ ਨਹੀਂ ਕਰ ਰਿਹਾ, ਮੈਂ ਬੈਕ ਦੀ ਗੱਲ ਕਰ ਰਿਹਾ ਡਿਫਰੈਂਸ਼ੀਅਲ ਦੀ, ਕਿ ਪੱਕਾ ਡਿਫਰੈਂਸ਼ੀਅਲ ਟੁੱਟਣਾ ਹੀ ਟੁੱਟਣਾ ਸੀ, ਜਿੰਨਾ ਇਹਦੇ 'ਚ ਵੇਟ ਹੈ ਅਤੇ ਜਿੰਨਾ ਟਰਾਲੀ ਦਾ ਵੇਟ ਹੈ, ਠੀਕ ਹੈ। ਬਾਕੀ ਤੁਸੀਂ ਵੀਡੀਓ ਵੇਖ ਲਿਓ, ਵੀਡੀਓ ਤੁਹਾਨੂੰ ਪਤਾ ਲੱਗ ਜੂਗਾ, ਠੀਕ ਹੈ। ਮੌਕੇ 'ਤੇ ਹੁਣ ਨਾਟ ਗਿਆਰਾਂ ਚੱਲਣ ਦਿਆ ਸਿੰਗਲ ਇੱਕ ਟਾਇਰ 'ਤੇ, ਠੀਕ ਹੈ, ਕਿਉਂਕਿ ਇੱਧਰਲਾ ਟਾਇਰ ਟੁੱਟ ਗਿਆ ਅਤੇ ਇੱਧਰ ਮੈਂ ਇੱਕ ਗੁਟਕਾ ਲਾਇਆ ਹੋਇਆ ਤਾਂ ਕਿ ਇੱਧਰੋਂ ਥੱਲੇ ਨੂੰ ਨਾ ਡਿੱਗੇ। ਅਤੇ ਇਹਦਾ ਨਾ ਸਪੈਂਡਲ ਟੁੱਟ ਗਿਆ, ਸਪੈਂਡਲ ਹਾਲਾਂਕਿ ਨਵਾਂ ਪ੍ਰਿੰਟ ਕੀਤਾ ਸੀ ਇਹਦੇ ਲਈ, ਪਰ ਨਾ ਸਪੈਂਡਲ ਥੋੜ੍ਹਾ ਜਿਹਾ ਕਮਜ਼ੋਰ ਸੀਗਾ, ਪਲੱਸ ਟਰੇਟਰ ਦੇ ਅੱਗੇ ਵੇਟ ਦੇਖੋ ਕਿੰਨਾ ਪਾਇਆ ਹੋਇਆ, ਠੀਕ ਹੈ, ਵੇਟ ਬਹੁਤ ਜ਼ਿਆਦਾ ਸੀਗਾ, ਉਹਦੇ ਕਰਕੇ ਨਾ ਇਹਦਾ ਸਪੈਂਡਲ ਟੁੱਟ ਗਿਆ ਇੱਥੋਂ। ਆਹ ਦੇਖੋ, ਚਲੋ ਕੋਈ ਨਹੀਂ, ਇਹਨੂੰ ਤਾਂ ਕਰ ਲਾਂਗੇ ਆਪਾਂ ਰਿਪੇਅਰ। ਮੌਕੇ 'ਤੇ ਹੁਣ ਹੱਲ ਕਰਨਾ ਹੈ ਮਿੱਟੀ ਲਾਉਣ ਦਾ, ਕਿਉਂਕਿ ਟਰਾਲੀ ਆਪਣੀ 'ਚ ਜੈੱਕ ਹੈ ਨਹੀਂ ਗੇ, ਅਤੇ ਮਿੱਟੀ ਕਿੱਦਾਂ ਲਾਈ ਜਾਵੇ ਇਹ ਦੇਖਣਾ ਪੈਣਾ, ਇਹ ਸਭ ਨਾਲ ਵੱਡਾ ਸਵਾਲ ਹੈ। ਅਤੇ ਇਹਦੇ ਤੋਂ ਮਿੱਟੀ ਲਾਉਣ ਵਾਸਤੇ ਨਾ ਇੱਕ ਪਲੈਨ ਚੱਲਣ ਦਿਆ ਦਿਮਾਗ 'ਚ, ਆਪਾਂ ਨਾ ਉਹਦੇ 'ਤੇ ਕੰਮ ਸ਼ੁਰੂ ਕਰਦੇ ਹਾਂ। ਹਜੇ ਇੰਨੀ ਜ਼ਿਆਦਾ ਧੁੱਪ ਆਈ ਨਹੀਂ, ਉਹ ਦੇਖੋ ਥੋੜ੍ਹੀ ਥੋੜ੍ਹੀ ਪਰਛਾਈ ਦਿਖਦੀ ਹੈ, ਪਰ ਫੋਨ ਦੀ ਬੈਟਰੀ ਵੀ ਸਿਰਫ 20% ਹੈ, ਇਹਨੂੰ ਵੀ ਚਾਰਜ ਲਾਉਂਦੇ ਹਾਂ, ਪਲੱਸ ਉਹ ਆਈਡੀਆ 'ਤੇ ਕੰਮ ਕਰਦਾ ਜਿਹੜਾ ਮੈਂ ਸੋਚਿਆ ਹੋਇਆ। ਉਹਦੇ ਵਾਸਤੇ 2-3 ਚੀਜ਼ਾਂ ਅੰਦਰੋਂ ਲਿਆਉਣੀਆਂ ਪੈਣਗੀਆਂ ਇੱਥੇ ਸਪੈਸ਼ਲ, ਅਤੇ ਉਹਨਾਂ ਦੀ ਵੀ ਹਜੇ ਸੈਟਿੰਗ ਵਗੈਰਾ ਕਰਨੀ ਹੈ ਸਾਰੀ, ਉਹ ਚਲੋ ਤੁਹਾਨੂੰ ਬਾਅਦ 'ਚੋਂ ਪਤਾ ਲੱਗ ਜੂਗਾ। ਫਿਲਹਾਲ ਇੱਕ ਵਾਰੀ ਕਰ ਦਈਏ ਪਾਵਰ ਔਫ ਝੋਟੇ ਦੀ, ਠੀਕ ਹੈ, ਝੋਟੇ ਦੀਆਂ ਮੋਟਰਾਂ ਠੀਕ ਨੇ, ਇੰਨੀਆਂ ਗਰਮ ਨਹੀਂ ਹੋਈਆਂ। ਚਲੋ ਫਿਰ ਲਿਆਉਂਦੇ ਹਾਂ ਸਮਾਨ ਸਾਰਾ, ਨਾਲੇ ਫੋਨ ਚਾਰਜ ਲਾਉਣਾ ਮੈਂ, ਠੀਕ ਹੈ, ਅੱਧੇ ਘੰਟੇ ਬਾਅਦ ਕਰਾਂ ਕੰਟੀਨਿਊ, ਭਾਵੇਂ ਇੱਥੇ ਜਿੰਨੀ ਮਰਜ਼ੀ ਧੁੱਪ ਆ ਜਾਓ, ਉਸ ਹਿਸਾਬ ਨਾਲ ਫਿਰ ਆਪਾਂ ਐਂਗਲ ਵਗੈਰਾ ਦੇਖ ਲਾਂਗੇ। ਲਓ ਵੀ ਮੁੰਡਿਓ, ਪਲੈਨ 'ਚ ਕਰਤਾ ਟੋਟਲੀ ਚੇਂਜ ਆਪਾਂ, ਅਤੇ ਜਿਹੜਾ ਆਈਡੀਆ ਸੀਗਾ ਮੇਰੇ ਦਿਮਾਗ 'ਚ ਮਿੱਟੀ ਲਾਉਣ ਵਾਸਤੇ, ਉਹਦੇ 'ਤੇ ਕੰਮ ਕਰਨ ਦਿਆ ਸੀ ਮੈਂ, ਅਤੇ ਪਰ ਨਾ ਉਹਨੂੰ ਤਿਆਰ ਹੋਣ 'ਚ ਥੋੜ੍ਹਾ ਜਿਹਾ ਟਾਈਮ ਲੱਗ ਜੂਗਾ, ਇਸ ਕਰਕੇ ਫਿਰ ਮੈਂ ਪਲੈਨ ਚੇਂਜ ਕਰਤਾ। ਮੈਂ ਕਿਹਾ ਵੀ ਹੁਣ ਨਹੀਂ ਕੰਟੀਨਿਊ ਕਰਦੇ ਸ਼ੂਟਿੰਗ, ਆਪਾਂ ਸ਼ਾਮ ਨੂੰ ਕਰਾਂਗੇ। ਮੇਰੇ ਦਿਮਾਗ 'ਚ ਪਲੈਨ ਸੀ ਮਿੱਟੀ ਲਾਉਣ ਦਾ ਇਹਦੇ ਨਾਲ, ਜਿਹੜਾ ਆਪਣਾ ਜੌਂਡੀਅਰ ਹੈ ਟਰੈਕ ਵਾਲਾ, ਅੱਗੇ ਇਹਦੇ ਕਿਰਾਇਆ ਲੱਗਾ ਹੋਇਆ, ਠੀਕ ਹੈ, ਅਤੇ ਮੇਰਾ ਪਲੈਨ ਕੁਛ ਇੱਦਾਂ ਹੈ ਕਿ ਇਹਨੂੰ ਚੱਕ ਕੇ ਆਪਣੀ ਹਾਈਡਰਾ ਨਾਲ ਅਤੇ ਆਪਣੇ ਟਰਾਲੇ ਦੇ ਉੱਤੇ ਰੱਖ ਦਾਂਗੇ, ਠੀਕ ਹੈ, ਅਤੇ ਬਾਅਦ 'ਚੋਂ ਫਿਰ ਟਰਾਲੇ ਦੇ ਉੱਤੋਂ ਇਹ ਸਾਰੀ ਮਿੱਟੀ ਥੱਲੇ ਲਾ ਦੂਗਾ, ਠੀਕ ਹੈ, ਅਤੇ ਇਹਦਾ ਸਾਈਜ਼ ਜਿਹੜਾ ਪੂਰਾ ਪੂਰਾ ਆਪਣੇ ਟਰਾਲੇ ਦੇ ਹਿਸਾਬ ਨਾਲ ਹੈ, ਠੀਕ ਹੈ, ਆਪਣੇ ਟਰਾਲੇ ਦੇ ਵਿੱਚ ਪੂਰਾ ਪੂਰਾ ਫਿੱਟ ਆਉਂਦਾ, ਅਤੇ ਜਿੱਥੋਂ ਤੱਕ ਮੇਰਾ ਆਈਡੀਆ ਇਹ ਵਰਕ ਕਰਨਾ ਚਾਹੀਦਾ ਪਲੈਨ। ਬਾਕੀ ਚਲੋ ਫਿਰ ਦੇਖਾਂਗੇ ਸ਼ਾਮ ਨੂੰ, ਨਾਲੇ ਪੂਰੀ ਤਿਆਰੀ ਕਰ ਲੈਂਦੇ ਹਾਂ, ਇਹਨੂੰ ਵੀ ਕਾਫੀ ਟਾਈਮ ਹੋ ਗਿਆ ਚਲਾਇਆ ਨਹੀਂ ਗਾ, ਬੈਟਰੀ ਵਗੈਰਾ ਸੈੱਟ ਕਰਦੇ ਹਾਂ ਇਹਦੀ ਵੀ, ਸਾਰਾ ਕੁਛ ਦੇਖ ਕੇ ਵੀ ਓਕੇ ਦੀ ਰਿਪੋਰਟ ਹੈ, ਫਿਰ ਸ਼ਾਮ ਨੂੰ ਆਪਾਂ ਇਹਦੇ ਨਾਲ ਸ਼ੂਟ ਕਰਾਂਗੇ, ਠੀਕ ਹੈ। ਅਤੇ ਉਹਨਾਂ ਚਿਰ ਇੱਕ ਤਾਂ ਜੌਂਡੀਅਰ ਅਸੈਂਬਲ ਕਰ ਲੈਂਦੇ ਆਪਾਂ, ਅਤੇ ਇਹਦਾ ਸਪੈਂਡਲ ਪ੍ਰਿੰਟ ਕਰ ਲੈਂਦੇ ਹਾਂ। ਆਹ ਵੇਖੋ ਬੰਪਰ ਦਾ ਵੇਟ ਵੀ ਡਿੱਗ ਪਿਆ ਸੀਗਾ, ਇਹ ਵੀ ਲਾ ਦਿੰਦੇ ਹਾਂ ਨਾਲੇ। ਜਿੰਨਾ ਵੇਟ ਅੱਜ 69 'ਤੇ ਸੀਗਾ ਨਾ, ਇਹ ਆਰਾਮ ਨਾਲ ਤੁਸੀਂ ਮੰਨ ਕੇ ਚੱਲੋ ਕਿ 2.5 ਕਿਲੋ ਤੋਂ ਉੱਤੇ ਟੱਪ ਗਿਆ ਸੀਗਾ, ਅਤੇ ਤੁਸੀਂ ਮੰਨ ਕੇ ਚੱਲੋ ਵੀ 2.5 ਤੋਂ 3 ਕਿਲੋ ਟਰੇਟਰ ਟੱਪ ਗਿਆ ਸੀਗਾ, ਟਰਾਲੇ ਦਾ ਵੇਟ, ਠੀਕ ਹੈ, ਟਰਾਲੇ ਦੀ ਹੁੱਕ ਦਾ ਵੇਟ ਜਿੰਨਾ, ਪਲੱਸ ਇਹਦੇ ਅੱਗੇ ਜਿੰਨਾ ਵੇਟ ਪਾ, ਇਹ ਸਾਰਾ ਟੋਟਲ ਮਨਾ ਕੇ। ਅਤੇ ਇਹਦੇ ਵਿੱਚ ਵੀ ਇੱਕ ਸੀਨ ਹੋ ਗਿਆ ਸੀਗਾ, ਰਿਮ ਵਿੱਚੋਂ ਘੁੰਮਣ ਲੱਗ ਪਿਆ ਸੀ ਟਾਇਰ ਦੇ, ਉਹ ਵੀ ਤੁਹਾਨੂੰ ਵੀਡੀਓ 'ਚ ਕਲਿੱਪ ਮਿਲ ਜੂਗੀ ਵੇਖਣ ਨੂੰ, ਅਤੇ ਉਹਦਾ ਵੀ ਹੱਲ ਕਰਨਾ ਹੁਣ। ਇਹਨੂੰ ਕੱਢ ਕੇ ਇਹਦੇ 'ਚ ਵੀ ਉਹ ਲਾਉਂਦੇ ਆਪਾਂ ਰੇਕ ਮਾਰ, ਠੀਕ ਹੈ, ਜਿਵੇਂ ਜੌਂਡੀਅਰ 'ਚ ਲਾਇਆ ਨਾ, ਉਵੇਂ ਇਹਦੇ 'ਚ ਵੀ ਰੇਕ ਮਾਰ ਲਾਉਣਾ। ਵੈਸੇ ਸਾਰਿਆਂ 'ਚ ਹੁਣ ਲਾਇਆ ਹੋਇਆ ਲਗਭਗ ਰੇਕ ਮਾਰ ਮੈਂ, ਕਿਉਂਕਿ ਟਾਇਰ ਸਲਿੱਪ ਕਰ ਜਾਂਦਾ, ਧੱਕੇ ਨਾਲ ਰਿਮ ਘੁੰਮਣ ਲੱਗ ਪੈਂਦਾ, ਠੀਕ ਹੈ। ਇਹ ਕੰਮ ਕਰਨੇ ਆਪਾਂ, ਅਤੇ ਸ਼ਾਮ ਨੂੰ ਫਿਰ ਸ਼ੂਟਿੰਗ ਕਰਾਂਗੇ। ਅਤੇ ਮੌਕੇ 'ਤੇ ਮੈਂ ਵਲੋਗ ਕਰਤਾ ਅਪਲੋਡ, ਅਤੇ ਵੀਡੀਓ ਐਡਿਟ ਕਰਨੀ ਹੈ, ਜਿਹੜੀ ਆਪਾਂ ਸੀਰੀਜ਼ ਸ਼ੁਰੂ ਕੀਤੀ ਹੈ ਨਾ ਮਿੱਟੀ ਸੁੱਟਣ ਵਾਲੀ, ਇਹਦਾ ਫਸਟ ਪਾਰਟ ਅੱਜ ਅਪਲੋਡ ਕਰਦਾਂਗਾ ਮੈਂ ਅੱਜ, ਮਤਲਬ ਵੀ ਆ ਵਲੋਗ ਤੋਂ ਪਹਿਲਾਂ ਤਾਂ ਤੁਸੀਂ ਵੇਖ ਵੀ ਲਿਆਉਣਾ, ਠੀਕ ਹੈ, ਜਿਹਨੇ ਜਿਹਨੇ ਵੇਖ ਲਿਆ ਉਹ ਕਮੈਂਟ ਜ਼ਰੂਰ ਕਰਿਓ। ਬਾਕੀ ਮੈਂ ਅੱਗੇ ਪਲੈਨ ਕਰਨ ਦਿਆ ਵਾਂ, ਜਾਂ ਤਾਂ ਡੇਲੀ ਇੱਕ ਪਾਰਟ ਮੈਂ ਅਪਲੋਡ ਕਰਦਾ ਕਰਾਂਗਾ 2.5 ਤੋਂ 3 ਕੁ ਮਿੰਟ ਦਾ, ਅਤੇ ਜਾਂ 1 ਦਿਨ ਛੱਡ ਕੇ, ਠੀਕ ਹੈ, ਉਹ ਤੁਹਾਨੂੰ ਅੱਗੇ ਪਤਾ ਲੱਗ ਜੂ। 1 ਦਿਨ ਤੋਂ ਜ਼ਿਆਦਾ ਦਾ ਗੈਪ ਨਹੀਂ ਪਾਉਂਦਾ ਮੈਂ,
ਉਹ ਅੱਗੇ ਹੁਣ ਸੀਰੀਜ਼ ਸ਼ੁਰੂ ਹੋ ਜੂਗੀ। ਜਿੰਨੀਆਂ ਵੀਡੀਓ ਆਪਾਂ ਹੁਣ ਤੱਕ ਸ਼ੂਟ ਕੀਤੀਆਂ 3-4 ਦਿਨਾਂ 'ਚ ਸਾਰੀਆਂ ਇੱਕ ਇੱਕ ਕਰਕੇ ਮੈਂ ਅਪਲੋਡ ਕਰ ਦਾਂਗਾ, ਸਾਰੇ ਟ੍ਰੇਡਰਾਂ ਦਾ ਹੀ ਜ਼ੋਰ ਵੇਖਣ ਨੂੰ ਮਿਲ ਜੂਗਾ ਤੁਹਾਨੂੰ ਉਹਦੇ ਵਿੱਚ। ਅਤੇ ਬਾਕੀ ਚਲੋ ਹਜੇ ਦਿਨ ਦੀ ਸ਼ੁਰੂਆਤ ਹੈ, ਥੱਲੇ ਵੀ ਕੰਮ ਹਜੇ ਪਏ ਨੇ ਕਰਨ ਵਾਲੇ ਸਾਰੇ, ਉਹ ਵੀ ਕਰਦੇ ਹਾਂ, ਠੀਕ ਹੈ, ਇਹਨਾਂ 'ਤੇ ਵੀ ਕਰਦੇ ਹਾਂ ਕੰਮ। ਪਲੱਸ ਵਲੌਗ ਵੀ ਹਜੇ ਸੈੱਟ ਕਰਨਾ ਕੱਲ੍ਹ ਵਾਲਾ, ਥੰਬਨੇਲ ਵਗੈਰਾ ਲਾਉਣਾ, ਵੀਡੀਓ ਵੀ ਐਡਿਟ ਕਰਨੀ, ਉਹ ਵੀ ਅਪਲੋਡ ਕਰਨੀ, ਯਾਨੀ ਕੰਮ ਕਾਫੀ ਨੇ। ਹੁਣ ਤੁਹਾਨੂੰ ਮੈਂ ਲਗਭਗ 2.5-3-4 ਘੰਟਿਆਂ ਬਾਅਦ ਹੀ ਮਿਲਦਾ ਵਾਂ, ਠੀਕ ਹੈ, ਟਾਈਮ ਮੌਕੇ 'ਤੇ। ਕੰਪਿਊਟਰ ਵੀ ਬੰਦ ਹੈ, ਟਾਈਮ ਮੌਕੇ 'ਤੇ 9 ਵੱਜ ਗਏ ਨੇ, ਠੀਕ ਹੈ। ਗੋਪੀ ਦਾ ਮੈਸੇਜ ਆ ਗਿਆ, ਸਵੇਰੇ ਕਾਲ ਕਰਾਂਗਾ ਸੌਣ ਲੱਗਾ। ਟਾਈਮ ਉੱਥੇ 10 ਵੱਜ ਗਏ ਨੇ ਅਤੇ ਇੱਥੇ ਆਪਣੇ 9 ਵੱਜ ਗਏ ਨੇ, ਠੀਕ ਹੈ। ਅਤੇ ਹੁਣ ਤੁਹਾਨੂੰ ਮਿਲਦਾ ਲਗਭਗ 12-1-2 ਵਜੇ ਤੱਕ, ਠੀਕ ਹੈ, ਓਕੇ ਬਾਏ। ਲਓ ਵੀ ਮੁੰਡਿਓ, ਆਪਾਂ ਆ ਗਏ ਹਾਂ ਵਾਪਸ। ਸਭ ਨਾਲੋਂ ਪਹਿਲਾਂ ਲੁੱਕ ਦੇਖ ਲਓ ਜੋਂਡੀਅਰ ਦੀ, ਚਾਰੇ ਰਿਮਾਂ ਨੂੰ ਨਵਾਂ ਪੇਂਟ ਹੋ ਚੁੱਕਿਆ, ਜਮਾਂ ਓਕੇ ਦੀ ਰਿਪੋਰਟ ਹੈ। ਉਸ ਦੇ ਨਾਲ ਆ ਜਿਹੜਾ ਟਰੈਕਟਰ ਆਪਾਂ ਯੂਜ਼ ਕਰਨਾ ਟਰਾਲੇ ਤੋਂ ਮਿੱਟੀ ਲਾਉਣ ਵਾਸਤੇ, ਅਤੇ ਇਹਦੀ ਵੀ ਰਿਪੇਅਰ ਲਗਭਗ ਹੋ ਚੁੱਕੀ ਹੈ। ਚਲਾ ਕੇ ਦੇਖ ਲਾ ਮੈਂ, ਟੈਸਟਿੰਗ ਮੌਕੇ 'ਤੇ ਓਕੇ ਦੀ ਰਿਪੋਰਟ ਹੈ, ਠੀਕ ਹੈ, ਬਾਕੀ ਕੁਛ ਨਹੀਂ ਕਹਿ ਸਕਦੇ, ਮੈਦਾਨ 'ਚ ਜਾ ਕੇ ਧੋਖਾ ਦੇ ਦੇ। ਉਸ ਤੋਂ ਇਲਾਵਾ ਇਹਦੇ ਵਿੱਚ ਇੱਥੇ ਮੈਂ ਇੱਕ ਹੁੱਕ ਵੀ ਬਣਾਈ ਹੈ ਜਿਹੜੀ ਪ੍ਰੋਪਰ ਇਹਨੂੰ ਸੈਂਟਰ 'ਚੋਂ ਚੱਕੂਗੀ ਇੱਦਾਂ, ਠੀਕ ਹੈ, ਯਾਨੀ ਇੱਥੇ ਦਾ ਵੇਟ ਬੈਲੈਂਸ ਸਹੀ ਹੈ, ਇਹ ਤੋਂ ਸੈਂਟਰ 'ਚੋਂ ਚਕੀਚੂਗਾ ਇਹ। ਅਤੇ ਆਹ ਹੁੱਕ ਕਦੇ ਵੀ ਆਪਾਂ ਲਾ ਵੀ ਸਕਦੇ ਹਾਂ, ਲਾ ਵੀ ਸਕਦੇ ਹਾਂ, ਇਸ ਹਿਸਾਬ ਦੀ ਬਣਾਈ ਹੈ ਮੈਂ, ਠੀਕ ਹੈ। ਇਹਨੂੰ ਆਪਣੀ ਹਾਈਡਰਾ ਚੱਕੂਗੀ, ਹਾਈਡਰਾ ਵੀ ਖੜਨੀ ਪੈਣੀ ਬਾਹਰ, ਅਤੇ ਬਾਕੀ ਸਾਰਾ ਕੁਛ ਬਾਹਰ ਚੱਲ ਕੇ ਦੇਖਦੇ ਹਾਂ ਕਿਵੇਂ ਕਰਨਾ, ਠੀਕ ਹੈ। ਹਜੇ ਮੈਨੂੰ ਇਹ ਵੀ ਨਹੀਂ ਪਤਾ ਐਗਜੈਕਟ ਕਿ ਵਰਕ ਕਰੂਗਾ ਵੀ ਕਿ ਨਹੀਂ ਕਰੂਗਾ, ਵੀ ਮਿੱਟੀ ਕੱਢੂਗਾ ਵੀ ਕਿ ਬਸ ਐਵੇਂ ਟਾਈਮ ਹੀ ਵੇਸਟ ਕਰੂਗਾ ਆਪਣਾ, ਉਹ ਚਲੋ ਅੱਗੇ ਪਤਾ ਲੱਗ ਜੂਗਾ, ਪਰ ਆਪਾਂ ਇੱਕ ਵਾਰੀ ਕੋਸ਼ਿਸ਼ ਜ਼ਰੂਰ ਕਰਾਂਗੇ ਇਹਦੇ ਨਾਲ। ਅਤੇ ਬਸ ਅੱਜ ਦਾ ਮੇਨ ਮਿਸ਼ਨ ਤਾਂ ਆਹੀ ਹੈ ਕਿ ਆਪਾਂ ਸ਼ੂਟ ਕਰਨਾ, ਅਤੇ ਹਜੇ ਥੋੜ੍ਹਾ ਟਾਈਮ ਲੱਗ ਜੂ, ਬਾਹਰ ਧੁੱਪ ਹੈ। ਅਤੇ ਉਸ ਦੇ ਨਾਲ ਆਹ ਦੇਖੋ ਇੱਕ ਵੇਟ ਦਾ ਟੁਕੜਾ ਜਿਹੜਾ ਆਪਾਂ ਹੋਰ ਬਣਾਇਆ ਸੀਗਾ, ਉਹਨੂੰ ਵੀ ਇੱਥੇ ਪੇਂਟ ਕਰਤਾ। ਮੇਰੇ ਹਿਸਾਬ ਨਾਲ ਹੁਣ ਵੇਟ ਵਾਧੂ ਹੋਇਆ ਆਪਣੇ ਕੋਲ, ਜਿੰਨਾ ਵੇਟ ਹੈਗਾ ਨਾ ਇੰਨੇ ਨਾਲ ਆਰਾਮ ਨਾਲ ਸਰ ਜੂਗਾ ਆਪਣਾ। ਮੌਕੇ 'ਤੇ ਆਪਾਂ ਜੋਂਡੀਅਰ ਦਾ ਦੇਖਦੇ ਹਾਂ ਵੇਟ, ਠੀਕ ਹੈ, ਇਹਦਾ ਵੇਟ ਕਿੰਨਾ ਹੈ। ਇਹਦੇ 'ਤੇ ਮੈਂ ਇੱਕ ਪਲੇਟ 'ਤੇ ਐਡ ਕੀਤੀ ਹੈ ਆਹ ਜਿਹੜੀ, ਆਹ ਦੇਖੋ, ਪਰ ਇੱਕ ਵੇਟ ਨਾਲ ਮੈਨੂੰ ਲੱਗਦਾ ਕਿ ਸਰਨਾ ਨਹੀਂ ਗਾ, ਆਪਾਂ ਨੂੰ ਕਿਲੋ ਇੱਕ ਵੇਟ ਇਹਦਾ ਕਰਨਾ ਪੈਣਾ। ਅਤੇ ਮੈਨੂੰ ਲੱਗਦਾ ਹਜੇ 855 ਦਾ ਵੀ ਆਪਾਂ ਵੇਟ ਤੋਲਿਆ ਨਹੀਂ ਗਾ ਜਦੋਂ ਉਹਨਾਂ ਦੇ ਟਾਇਰਾਂ ਦੇ ਵਿੱਚ ਵੇਟ ਪਾਇਆ, ਚਲ ਲੱਗਦੇ ਹੱਥੋਂ ਵੀ ਦੇਖ ਲਾਂਗੇ। ਚਲ ਵੀ ਧਰਮ ਕੰਡਾ ਸਿਆਂ ਹੋ ਗਿਆ ਰੇਡੀ, ਅਤੇ ਜੋਂਡੀਅਰ ਦਾ ਵੇਟ ਹੈ 860-861 ਲਾ ਲਓ ਤੁਸੀਂ, ਠੀਕ ਹੈ, 60-61 ਦੇ ਵਿੱਚ ਹੈ। ਅਤੇ ਗੱਲ ਕਰੀਏ ਆਪਣੇ ਸਵਰਾਜ ਦੀ, ਇਹਦਾ ਵੇਟ ਮੈਨੂੰ ਜੋਂਡੀਅਰ ਨਾਲੋਂ ਤਾਂ ਜ਼ਿਆਦਾ ਹੀ ਲੱਗਣ ਦਿਆ, ਬਾਕੀ ਦੇਖਦੇ ਹਾਂ 1 ਕਿਲੋ ਹੈਗਾ ਕਿ ਨਹੀਂ ਪੂਰਾ। ਅਤੇ ਲਓ ਵੀ ਇਹ ਤਾਂ ਤੁਸੀਂ ਮੰਨ ਕੇ ਚਲੋ 1 ਕਿਲੋ ਹੀ ਹੈ ਪੂਰਾ, ਠੀਕ ਹੈ, ਸਿਰਫ 5 ਗ੍ਰਾਮ ਘੱਟ ਹੈ 1 ਕਿਲੋ ਤੋਂ। ਇਹਦਾ ਜਮਾਂ ਓਕੇ ਆ, ਆਪਣਾ ਸਵਰਾਜ ਤਾਂ ਹੋ ਗਿਆ ਪਾਸ, ਇਹਦੇ 'ਚ ਵੇਟ ਹੁਣ ਜਮਾਂ ਓਕੇ ਆ, ਠੀਕ ਹੈ। ਆਪਣੇ ਜੋਂਡੀਅਰ 'ਚ ਵੇਟ ਘੱਟ ਹੈ, ਉਹਦਾ ਹੱਲ ਕਰਨਾ ਪੈਣਾ ਆਪਾਂ ਨੂੰ। ਮੈਂ ਦੇਖਦਾ ਇੱਕ ਪਲੇਟ ਹੋਰ ਕੱਟ ਕੇ ਨਾ ਟੋਟਲ ਕਰੀਏ ਕਿੰਨਾ ਵੇਟ ਬਣਦਾ। ਇਹਦੇ ਟਾਇਰਾਂ ਦੇ ਵਿੱਚ ਵੇਟ ਨਹੀਂ ਪੈਣਾ, ਨਹੀਂ ਤਾਂ ਟਾਇਰਾਂ ਦੇ ਵਿੱਚ ਵੇਟ ਪਾਉਣਾ ਸੀ ਆਪਾਂ। ਇਹਦੇ ਨਾਲ ਟਾਇਰ ਅਸਲ 'ਚ ਨੇ ਪਤਲੇ, ਜਿੱਦਾਂ ਪ੍ਰਿੰਟ ਕੀਤੇ ਆਪਾਂ ਬਾਹਲੇ ਪਤਲੇ ਨੇ, ਅਤੇ ਜਿਹੜੇ ਬਾਕੀ ਆਪਣੇ ਟਾਇਰ ਨੇ ਇੱਦਾਂ ਦੇ ਜਿਹੜੇ 0.4 mm ਦੀ ਨੋਜ਼ਲ ਨਾਲ ਪ੍ਰਿੰਟ ਹੋਏ ਨੇ, ਅਤੇ ਇਹਨਾਂ ਨੂੰ ਤਾਂ ਬਾਅਦ 'ਚੋਂ ਪੈਂਚਰ ਵੀ ਲੱਗ ਜਾਂਦਾ, ਪਰ ਆਹ ਜਿਹੜਾ ਟਾਇਰ ਨਾ ਇਹ ਪਤਲਾ ਬਹੁਤ ਜ਼ਿਆਦਾ ਹੈ, ਜੇ ਇੱਕ ਵਾਰੀ ਕੱਟ ਲੱਗ ਗਿਆ ਤਾਂ ਰਿਪੇਅਰ ਹੋਣਾ ਬਹੁਤ ਔਖਾ, ਇਸ ਕਰਕੇ ਮੈਂ ਰਿਸਕ ਨਹੀਂ ਲੈਂਦਾ। ਅਤੇ ਆਪਾਂ ਜੇ ਪਲੇਟ ਐਡ ਕਰਦੇ ਨੇ ਪੂਰੀ, ਹਾਂ ਮੇਰੇ ਹਿਸਾਬ ਨਾਲ ਓਕੇ ਦੀ ਰਿਪੋਰਟ ਹੈ। ਕੁਛ ਕੁ ਵੇਟ ਘੱਟ ਵੀ ਜਾਣਾ ਜਦੋਂ ਐਂ ਕਟਿੰਗ ਹੋਊਗੀ, ਅਤੇ ਇਹਦੇ 'ਚੋਂ ਲੋਹਾ ਨਿਕਲੂਗਾ ਵੀ ਕਾਫੀ। ਲਓ ਵੀ ਮੁੰਡਿਓ ਕਰ ਲਓ ਚੈੱਕ, ਵੇਟ ਹੋ ਗਿਆ 1 ਕਿਲੋ 28 ਗ੍ਰਾਮ, ਅਤੇ ਆ ਇੰਨਾ ਜਿਹੜਾ ਵਲੌਗ ਹੈ ਨਾ ਇਹ ਐਡਜਸਟੇਬਲ ਰੱਖਿਆ, ਠੀਕ ਹੈ, ਵੀ ਕਈ ਵਾਰੀ ਵੇਟ ਪਿੱਛੇ ਵੀ ਰੱਖਣਾ ਪੈ ਜਾਂਦਾ ਜਾਂ ਅੱਗੇ ਜਿਹੜੀਆਂ ਆਪਾਂ ਪਲੇਟਾਂ ਟੰਗਦੇ ਹਾਂ।
ਠੀਕ ਹੈ। ਇਸ ਕਰਕੇ ਇੰਨਾ ਵਜਣੇ ਦਾ ਮੈਂ ਘੱਟ ਹੀ ਰੱਖਿਆ 1 ਕਿਲੋ ਤੋਂ। ਬਾਕੀ ਓਕੇ ਦੀ ਰਿਪੋਰਟ ਹੈ ਜਮਾਂ, ਅਤੇ ਬਸ ਹੁਣ ਆਪਾਂ ਕਰੀਏ ਤਿਆਰੀ ਬਾਹਰ ਸ਼ੂਟਿੰਗ ਦੀ, ਠੀਕ ਹੈ। ਕਿਉਂਕਿ ਵੈਸੇ ਤਾਂ ਮੌਕੇ 'ਤੇ ਧੁੱਪ ਹੀ ਹੈ ਹਜੇ ਥੋੜ੍ਹੀ ਜਿਹੀ, ਪਰ ਜਿੰਨੇ ਚਿਰ ਨੂੰ ਆਪਾਂ ਸਮਾਨ ਕੱਢਣਾ ਸਾਰਾ, ਕਿਉਂਕਿ ਇੱਕੋ ਟਰਾਲੀ ਚਾਹੀਦੀ ਆਪਾਂ ਨੂੰ, ਹਾਈਡਰਾ ਚਾਹੀਦੀ ਹੈ, ਟਰੈਕਟਰ ਚਾਹੀਦਾ, ਜੌਨ ਡੀਅਰ ਵੀ ਚਾਹੀਦਾ, ਸਵਰਾਜ ਚਾਹੀਦਾ, ਨਾਟ ਗਿਆਰਾਂ ਚਾਹੀਦਾ, ਹੋਲੈਂਡ 'ਤੇ ਨਹੀਂ ਚਾਹੀਦਾ ਹੁਣ, ਹੋਲੈਂਡ ਦੀ ਤਾਂ ਛੁੱਟੀ ਹੈ, ਬਸ ਲੋਡਰਿੰਗ ਦਾ ਲਾਉਣਾ ਹੈ, ਠੀਕ ਹੈ। ਅਤੇ ਬਸ ਫਿਰ ਚੱਲਦੇ ਹਾਂ ਆਪਾਂ। ਹੈਲੋ ਵੀ ਮੁੰਡਿਓ, ਆਲ ਪੋਜੀਸ਼ਨ ਡਨ, ਸਵਰਾਜ ਆ ਗਿਆ, ਨਾਟ ਗਿਆਰਾਂ ਆ ਗਿਆ, ਅਤੇ ਇੱਧਰ ਆ ਡਿਪਾਰਟਮੈਂਟ ਵੀ ਆ ਗਿਆ ਪੂਰਾ। ਬਸ ਹੁਣ ਕਰਦੇ ਹਾਂ ਸ਼ੂਟਿੰਗ। ਵੈਸੇ ਤਾਂ ਪਰਛਾਈ ਹੈਗੀ ਹੈ, ਸੂਰਜ ਅਜੇ ਇੱਥੇ ਪਹੁੰਚਿਆ, ਪਰ ਆਪਾਂ ਨੂੰ ਹੋਰ ਵੀ ਥੋੜ੍ਹੇ ਜਿਹੇ ਕੰਮ ਨੇ ਜ਼ਰੂਰੀ, ਇਸ ਕਰਕੇ ਛੇਤੀ ਨਿਬੇੜੀਏ ਕੰਮ ਸ਼ੂਟਿੰਗ ਵਾਲਾ, ਤੋਂ ਬਾਅਦ ਟਰਾਲੀ ਖਾਲੀ ਕਰੀਏ, ਠੀਕ ਹੈ। ਬਸ ਅੱਜ ਇੰਨਾ ਹੀ ਸ਼ੂਟ ਕਰਨਾ, ਕਿਸੇ ਤਰੀਕੇ ਨਾਲ ਟਰਾਲੀ ਖਾਲੀ ਹੋ ਜਾਵੇ ਬਸ। ਸੀਨ ਇੱਦਾਂ, ਸ਼ੂਟਿੰਗ ਵਾਲਾ ਕੰਮ ਹੋ ਗਿਆ ਡਨ। ਲੈ ਉਦੋਂ ਦਾ ਜੌਨ ਡੀਅਰ ਐਵੇਂ ਖੜਾ, ਲੈ ਸ਼ਾਬਾਸ਼ੀ, ਜਦੋਂ ਦੀ ਵੀਡੀਓ ਸ਼ੂਟ ਕੀਤੀ ਉਦੋਂ ਦਾ ਜੌਨ ਡੀਅਰ ਪਾਵਰ ਔਨ 'ਚ ਹੀ ਖੜਾ। ਬੈਟਰੀਆਂ ਡਾਊਨ ਹੋਣੀਆਂ, ਫਿਰ ਹੋਰ ਕੀ ਹੋਣਾ। ਪਤਲੇ ਟਾਇਰ ਪਾਉਣ ਦਾ ਬੈਨੀਫਿਟ ਕਾਫੀ ਹੈ, ਫਿਲਟਰ ਸਲਿੱਪ ਬਹੁਤ ਘੱਟ ਕੱਢਦਾ, ਬਾਲੀ ਰੇਤਾ ਜੀ ਤਾਂ ਪਰਵਾਹ ਹੀ ਕੋਈ। ਇੱਧਰ ਦੇਖੋ ਐਵੇਂ ਧੋਈ ਲਿਆਉਂਦਾ ਚੋਪਰ, ਜਾਣ ਤਾਂ ਬਹੁਤ ਹੈ ਸੁੱਖ ਨਾਲ। ਅਤੇ ਹੁਣ ਗੱਲ ਕਰ ਲਈਏ ਇੱਧਰ, ਕਿਹਾ ਕਿਵੇਂ ਲੱਦੇ ਖੜੇ ਨੇ ਇਹਦੇ 'ਚ। ਇਹਨਾਂ ਅਸਲ 'ਚ ਮੈਂ ਰੀਲ ਬਣਾਉਣੀ ਸੀਗੀ, ਅਤੇ ਇਸ ਕਰਕੇ ਮੈਂ ਲੱਦੇ ਸੀਗੇ। ਮੈਂ ਕਿਹਾ ਚੱਲ ਨਾਲੇ ਰੀਲ ਬਣਾ ਲਾਂਗੇ, ਅਤੇ ਬਸ ਰੀਲ ਹੀ ਬਣਾਵਾਂਗੇ, ਹੋਰ ਤਾਂ ਕੀ ਬਣਾਉਣਾ। ਨਾਟ ਗਿਆਰਾਂ ਦਾ ਜ਼ੋਰ ਪੂਰਾ ਲਵਾ ਤਾ ਮੈਂ, ਇੰਸਟਾ 'ਤੇ ਰੀਲ ਚੈੱਕ ਕਰ ਲਿਓ। ਵੈਸੇ ਤਾਂ ਮੈਂ 3-4 ਹੋਰ ਵੀ ਸ਼ੂਟ ਕੀਤੀਆਂ ਸੀ, ਪਰ ਉਹ ਮੈਨੂੰ ਜ਼ਿਆਦਾ ਇੰਨੀ ਵਧੀਆ ਲੱਗੀਆਂ ਨਹੀਂ, ਪਰ ਉਹ ਮੈਂ ਬਾਅਦ 'ਚੋਂ ਫਿਰ ਕਦੇ ਅਪਲੋਡ ਕਰਦਾ ਗਾ, ਠੀਕ ਹੈ। ਬਾਕੀ ਜ਼ੋਰ ਪੂਰਾ ਲਾਇਆ ਝੋਟੇ ਨੇ, ਬਸ ਅੱਜ ਵਾਸਤੇ ਬਹੁਤ ਜ਼ੋਰ ਲਵਾ ਲਿਆ ਇਹਦਾ ਮੈਂ। ਅਤੇ ਹੁਣ ਚੱਕੀਏ ਸਮਾਨ ਛੇਤੀ ਛੇਤੀ, ਟਾਈਮ ਆਪਣੇ ਕੋਲ ਬਹੁਤ ਘੱਟ ਹੈ, ਕਾਹਤੋਂ ਘੱਟ ਆ ਤੁਹਾਨੂੰ ਮੈਂ ਬਾਅਦ 'ਚ ਦੱਸਾਂਗਾ। ਛੇਤੀ ਛੇਤੀ ਅੰਦਰ ਲੈ ਚੱਲੀਏ ਸਮਾਨ ਸਾਰਾ। ਅਤੇ ਲਓ ਵੀ ਮੁੰਡੇ, ਸਮਾਨ ਸਾਰਾ ਲੈ ਆਏ ਸੀ ਆਪਾਂ ਅੰਦਰ ਆਪਣੇ ਸੈਟਅਪ 'ਚ। ਅਤੇ ਆਹ ਦੇਖੋ ਆਪਣੇ 9-11 ਦੇ ਸਪੈਂਡਲ ਵੀ ਇੱਥੇ ਹੋ ਗਿਆ ਪ੍ਰਿੰਟ, ਅਤੇ ਮੈਂ ਇੱਕ ਐਕਸਟਰਾ ਹੀ ਪ੍ਰਿੰਟ ਕੀਤਾ ਫੁੱਲ ਹੈਵੀ ਕੁਆਲਿਟੀ 'ਚ। ਅਤੇ ਫਿੱਟ ਆਪਾਂ ਹਜੇ ਨਹੀਂ ਕਰਦੇ, ਫਿੱਟ ਹੋ ਸਕਦਾ ਸਵੇਰੇ ਕਰੀਏ ਜਾਂ ਰਾਤ ਨੂੰ ਕਰੀਏ। ਫਿਲਹਾਲ ਹੁਣ ਇੱਕ ਪ੍ਰੋਗਰਾਮ ਵਿਆਹ ਦਾ ਹੀ, ਬਸ ਉਹ ਭੁਗਤਾਨ ਚੱਲੇ ਹਾਂ, ਅਤੇ ਉੱਥੇ ਤਾਂ ਮੈਂ ਜ਼ਿਆਦਾ ਵਲੋਗ ਸ਼ੂਟ ਕਰਨਾ ਨਹੀਂ ਜਿੱਦਾਂ ਤੁਹਾਨੂੰ ਪਤਾ ਹੀ ਹੈ। ਬਾਕੀ ਕੋਈ ਮਾੜੀ ਮੋਟੀ ਕਲਿੱਪ ਐਡ ਕਰ ਦਾਂਗਾ ਜੇ ਕਰਨੀ ਹੋਈ, ਅਤੇ ਆ ਕੇ ਫਿਰ ਵਲੋਗ ਐਂਡ ਕਰਾਂਗੇ, ਠੀਕ ਹੈ। ਲਓ ਵੀ ਮੁੰਡੇ, ਉਹ ਸੀਨ ਕੁਛ ਇੱਦਾਂ ਕਿ ਘਰ ਆ ਗਏ ਸੀ ਆਪਾਂ, ਅਤੇ ਮੈਂ ਵਲੋਗ ਨੈਕਸਟ ਡੇ ਕਰਨ ਲੱਗਾ ਐਂਡ। ਆਹ ਦੇਖ ਲਓ 8:30 ਹੋ ਗਿਆ, ਟਾਈਮ ਤੁਹਾਡੇ ਸਾਹਮਣੇ ਆ। ਅਤੇ ਆਹ ਹੀ ਵਲੋਗ ਆ ਜਿਹੜਾ ਤੁਸੀਂ ਵੇਖਣਦੇ ਹੋ, ਇੱਥੇ ਐਡਿਟ ਕਰਤਾ ਲਗਭਗ, ਮਤਲਬ ਬਸ ਆਹ ਲਾਸਟ ਕਲਿੱਪ ਰਹਿ ਗਈ ਜੋੜਨ ਵਾਲੀ, ਉਹਤੋਂ ਬਾਅਦ ਹੋ ਜੂ ਵਲੋਗ ਡਨ, ਅਤੇ ਛੇਤੀ ਛੇਤੀ ਅਪਲੋਡ ਕਰਕੇ ਅਤੇ ਨੈਕਸਟ ਵਲੋਗ ਸਟਾਰਟ ਕਰਾਂਗੇ, ਠੀਕ ਹੈ। ਅਤੇ ਫਿਰ ਆਹ ਵਲੋਗ ਆਪਣਾ ਇੱਥੋਂ ਤੱਕ ਹੀ ਆ, ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਜਿਹੜੇ ਵੀ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ, ਫਿਰ ਮਿਲਦੇ ਹਾਂ ਨੈਕਸਟ ਡੇ ਨੈਕਸਟ ਵਲੋਗ ਦੇ ਨਾਲ।
ਓਕੇ ਬਾਏ ਟਾਟਾ।